ਬਿਸਮਿਲ੍ਲਾ ਰਹਿਮਾਨ ਰਹੀਮ। ਹਾਂ, ਮੇਰਾ ਨਾਮ ਜ਼ਿਆਉਲ ਅਖਤਰ ਰਹਿੰਦੀ ਹੈ ਜੀ। ਮੇਰੇ ਅਕਸਰ ਇੱਥੇ ਸਾਡਾ ਜਿਹੜਾ ਗੰਦਾਰਾ ਇਨਕੋ ਬੋਰਡ ਹੈ, ਮੁਖਤਲਿਫ ਮੌਜੂਆਤ ਮੇਰੇ ਪ੍ਰੋਗਰਾਮ ਆਉਂਦੇ ਰਹੇ ਇੱਥੇ। ਮੈਂ ਕਾਫੀ ਇਸ ਪਹਿਲੇ ਵੀ ਕਾਰੋਬਾਰੀ ਨੁਕਤੇ ਦੇ ਨਾਲ ਆਪਣੇ ਮੁੱਦਾ ਬਿਆਨ ਕਰਦਾ ਵੀ ਹਾਂ। ਚੂੰਕਿ ਸਾਡਾ ਸੂਬਾ ਖੈਬਰ ਪਖਤੂਨਖਵਾ, ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ, ਬੜਾ ਪਸਮਾਨਦਾ ਸੂਬਾ ਹੈ, ਅਤੇ ਅਸੀਂ ਕਾਫੀ ਅਰਸੇ ਤੱਕ ਹਾਲੇ ਤਾਂ ਜੰਗ ਦੇ ਕਰ ਵੀ ਰਹੇ ਹਾਂ, ਜਿਹਦੀ ਵਜ੍ਹਾ ਨਾਲ ਸਾਡਾ ਸੂਬਾ ਦੂਸਰਾ ਸਭ ਤੋਂ ਵੱਡੀ ਗੱਲ ਇਹ ਵੀ ਕਿ ਅਸੀਂ ਸਮੁੰਦਰ ਸੀ ਕਾਫੀ ਦੂਰ ਹਾਂ, ਕਿਉਂਕਿ ਸਾਡੇ ਕਾਰੋਬਾਰੀ ਜਿਹੜੇ ਲੋਕ ਹਨ ਇੱਧਰ ਅਸੀਂ ਮਾਲ ਸਾਰੇ ਭੇਜਦੇ ਹਨ ਕਰਾਚੀ ਵਗੈਰਾ, ਤੋਂ ਤੁਸੀਂ ਉੱਥੇ ਅੱਗੇ ਸਾਡੇ ਮਾਲ ਬੇਰੂਨੀ ਮੁਲਕ ਜਾਂਦੇ ਹਨ। ਸਾਡੀ ਬਦਕਿਸਮਤੀ ਇਹ ਵੇ ਕਿ ਸਾਡੇ ਸੂਬੇ ਦੇ ਨਾਲ ਹਮੇਸ਼ਾ ਇੱਕ ਸੁਤੀਲੀ ਮਾਂ ਜਿਹਾ ਸਲੂਕ ਹੋਇਆ ਅਤੇ ਹਮੇਸ਼ਾ ਸਾਨੂੰ ਦੀਵਾਰ ਦੇ ਨਾਲ ਲਗਾਇਆ ਗਿਆ। ਕਿਉਂਕਿ ਮੈਂ ਡਰਾਈਪੋਰਟ ਸ਼੍ਰੇਣੀ ਕਮੇਟੀ ਦਾ, ਰੇਲਵੇ ਦਾ ਚੇਅਰਮੈਨ ਵੀ ਹਾਂ ਚੈਂਬਰ ਆਫ ਕਾਮਰਸ ਦੀ ਤਰਫੋਂ, ਅਤੇ ਸਾਡੀ ਹਮੇਸ਼ਾ ਹੀ ਮੇਰੇ ਕਾਲਮ ਵਗੈਰਾ ਵੀ ਅਖਬਾਰਾਂ 'ਚ ਲੱਗਦੇ ਰਹਿੰਦੇ, ਅਤੇ ਹਕੂਮਤ ਸੀ ਹਮੇਸ਼ਾ ਹੀ ਅਸੀਂ ਮੁਤਾਲਬੇ ਕਰਦੇ ਰਹਿੰਦੇ ਹਾਂ ਕਿ ਸਾਨੂੰ ਸਾਡੇ ਕਾਰੋਬਾਰੀ ਲੋਕਾਂ ਨੂੰ, ਕਿਉਂਕਿ ਸਾਡਾ ਇਸ ਵਕਤ ਜਿਹੜੀ ਅਫਗਾਨਿਸਤਾਨ ਦੀ ਜਿਹੜੀ ਸੂਰਤ ਹਾਲ ਹੈ, ਤੁਹਾਨੂੰ ਪਤਾ ਹੈ 70% ਜਿਹੜੀ ਸਾਡੀ ਜਿਹੜਾ ਸਾਡੇ ਲੋਕ ਕਾਰੋਬਾਰੀ ਲੋਕ ਹਨ ਸਾਡੇ ਸੂਬੇ ਦੇ, ਉਹ ਅਫਗਾਨਿਸਤਾਨ ਦੀ ਤਜਾਰਤ ਦੇ ਨਾਲ ਵਾਪਸਤਾ ਹੈ। ਸਦੀਆਂ ਸੀ ਇਹ ਪੁਰਾਣਾ ਕੰਮ ਚਲਾ ਆਉਂਦਾ ਵੀ ਹੈ। ਅੱਲਾਹ ਦੀ ਮਿਹਰਬਾਨੀ ਹੈ, ਸਾਡੇ ਸੂਬੇ ਦੇ ਕਾਰ ਅੱਲਾਹ ਨੇ ਬੜੇ ਖੁਸ਼ੀਆਂ ਖਜ਼ਾਨੇ ਵੀ ਦਿੱਤੇ ਹਨ, ਸਾਰੀ ਚੀਜ਼ਾਂ ਸਾਡੇ ਕੋਲ ਹੈ। ਲੇਕਿਨ ਸਾਡੀ ਐਕਸਪੋਰਟ ਅਸੀਂ ਇੱਕ ਤਰਫ ਦਾਅਵੇ ਕਰਨੇ ਹੈ ਕਿ ਜੀ ਸਾਡਾ ਮੁਲਕ ਤਰੱਕੀ ਕਰੇ, ਅਤੇ ਤਰੱਕੀ ਉਹੀ ਮੁਲਕ ਕਰ ਸਕਦਾ ਹੈ ਜਿਹਨੂੰ ਫੋਰਨ ਐਕਸਚੇਂਜ ਮਿਲੇ। ਬਾਹਰੋਂ ਅਸੀਂ ਮਾਲ ਐਕਸਪੋਰਟ ਕਰੀਏ, ਤੁਸੀਂ ਮਾਲ ਅਸੀਂ ਐਕਸਪੋਰਟ ਕਰੀਏ, ਸਾਨੂੰ ਫੋਰਨ ਐਕਸਚੇਂਜ ਆਵੇ। ਗੁਜ਼ਸ਼ਤਾ ਦਿਨੋਂ ਕੱਲ੍ਹ ਪਰਸੋਂ ਸਾਡਾ ਸ਼ੇਖ ਰਸ਼ੀਦ ਸਾਹਿਬ, ਜਿਹੜੇ ਕਿ ਸਾਡੇ ਰੇਲਵੇ ਦੇ ਵਫਾਕੀ ਵਜ਼ੀਰ ਸਾਨੇ, ਉਹਨਾਂ ਨੇ ਇਹ ਦਰਖਾਸਤ ਕੀਤੀ ਕਿ ਤੁਸੀਂ ਚੈਂਬਰ ਆਓ, ਸਾਡਾ ਚੈਂਬਰ ਆਫ ਕਾਮਰਸ ਅਤੇ ਸ਼ੀਫ ਲਿਆਓ ਕਿ ਸਾਡੇ ਬੜੇ ਮਸਾਇਲ। ਇਸ ਤੋਂ ਪਹਿਲੇ ਵੀ ਅਸੀਂ 14 ਸਾਲ ਪਹਿਲੇ ਸ਼ੇਖ ਰਸ਼ੀਦ ਸਾਹਿਬ ਇੱਥੇ ਤਸ਼ਰੀਫ ਲਿਆਏ, ਅਤੇ ਸਾਨੇ ਉਸ ਵਕਤ ਵੀ ਮੁਤਾਲਬਾ ਕੀਤਾ ਆ ਕਿ ਜੀ ਸਾਡੀ ਤਜਾਰਤ ਬੜੀ ਨਾ ਹੋਣੇ ਦੇ ਬਰਾਬਰ ਹੈ, ਸਾਨੂੰ ਖਾਸ ਕਰ ਰੇਲਵੇ ਦੇ ਕਾਰ ਜਿਹੜਾ ਪੈਸੰਜਰ ਟ੍ਰੇਨਾਂ ਦੇ ਨਾਲ ਨਾਲ ਇੱਥੇ ਫਰੇਟ ਟ੍ਰੇਨ ਦਾ ਵੀ ਇਜਰਾ ਕੀਤਾ ਜਾਵੇ ਕਿ ਸਾਡੇ ਜਿਹੜੇ ਮਾਲ ਹਨ ਇੱਥੋਂ ਅਸੀਂ ਕਰਾਚੀ ਜਾਵਾਂ ਅਤੇ ਕਰਾਚੀ ਸੀ ਅੱਗੇ ਐਕਸਪੋਰਟ ਹੋ ਜਾਣ। ਬਾਹਰਾਂ ਨੂੰ ਮਸਾਇਲ ਬੜੇ ਲੰਮੇ ਮਾਲ, ਕੱਲ੍ਹ ਦਾ ਜਿਹੜਾ ਪਰਸੋਂ ਸਾਡੀ ਉਹਦੇ ਨਾਲ ਮੀਟਿੰਗ ਹੋਈ ਹੈ, ਉਹਦੇ ਕਰਕੇ ਉਸਨੇ ਸ਼ੇਖ ਰਸ਼ੀਦ ਸਾਹਿਬ ਨੇ ਇਹ ਕਿਹਾ ਕਿ ਇਨਸ਼ਾਅੱਲਾ ਅਸੀਂ ਇੱਧਰੋਂ ਕਾਰਗੋ ਟ੍ਰੇਨ ਦਾ ਵੀ ਇਜਰਾ ਕਰ ਸੀ। ਮਜਾਉਜ਼ਾ ਜਿਹੜੀ ਸਾਡੀ ਡਰਾਈ ਪੋਰਟ ਹੈ ਅਜ਼ਾਖੇਲ ਦੀ, ਉਹ ਵੀ ਆਖਰੀ ਮਰਹਿਲ ਦੇ ਕਾਰੇ, ਬਲਕਿ ਉਹਨਾਂ ਨੇ ਸਾਨੂੰ ਆਫਰ ਕੀਤਾ ਕਿ ਪ੍ਰਾਈਵੇਟ ਸੈਕਟਰ ਦੇ ਉੱਤੇ ਤੁਸੀਂ ਆਓ ਅਤੇ ਸਾਡੇ ਨਾਲ ਇਸ ਕੰਮ ਦੇ ਕਰ ਤੁਸੀਂ ਹਿੱਸਾ ਲਓ ਕਿ ਸਾਡੀ ਤਜਾਰਤ ਨੂੰ ਫਰੋਗ ਮਿਲੇ। ਇਹਦੇ ਨਾਲ ਨਾਲ ਉਹਨਾਂ ਨੇ ਕੁਛ ਰਹਿਮਾਨ ਬਾਬਾ ਐਕਸਪੈਕਟ ਟ੍ਰੇਨ ਦਾ ਵੀ ਜਦੋਂ ਅਸੀਂ ਗੱਲ ਸੀ ਜਿਹੜਾ ਹੋਇਆ ਉਹਦਾ, ਇਹ ਬੜਾ ਖੁਸ਼ਾਈਨ ਗੱਲ ਵੀ ਹੈ ਕਿ ਸਾਨੂੰ ਕਾਫੀ ਲੋਕਾਂ ਨੂੰ ਕਿਸੇ ਜ਼ਮਾਨੇ ਜਿੱਥੋਂ ਬਹੁਤ ਸੀ ਟ੍ਰੇਨਾਂ ਜਾਂਦੀਆਂ, ਪੈਸੰਜਰ ਟ੍ਰੇਨਾਂ ਜਾਂਦੀਆਂ, ਅਤੇ ਪੈਸੰਜਰ ਟ੍ਰੇਨ ਜਿਹੜੀ ਹੈ ਖਾਸ ਕਰ ਰੇਲਵੇ ਦੀ ਜਿਹੜੀ ਹੈ, ਇੱਥੋਂ ਅਸੀਂ ਕਰਾਚੀ ਤੱਕ ਜਿਹੜੇ ਲੋਕ ਜਾਂਦੇ ਜਾਂ ਹੋਰ ਵੀ ਬਾਜ ਮੁਖਤਲਿਫ ਜਗ੍ਹਾ 'ਤੇ ਜਾਂਦੇ, ਅਤੇ ਰੇਲਵੇ ਸਭ ਸੀ ਸਸਤਾ ਤਰੀਨ ਇੱਕ ਜ਼ਰੀਆ ਹੈ, ਅਤੇ ਸਭ ਤੋਂ ਵੱਡੀ ਗੱਲ ਇਹ ਵੇ ਕਿ ਮਹਫੂਜ਼ ਤਰੀਨ ਜ਼ਰੀਆ ਵੇ ਰੇਲ ਦਾ। ਅਤੇ ਕੱਲ੍ਹ ਦਾ ਜਿਹੜਾ ਰਹਿਮਾਨ ਬਾਬਾ ਐਕਸਪ੍ਰੈਸ ਦਾ ਉਹਨਾਂ ਨੇ ਜਿਹੜਾ ਤੁਸੀਂ ਟ੍ਰੇਨ ਚਲਾਈ ਹੈ, ਉਹਦੇ ਨਾਲ ਵੀ ਖਾਸ ਕਰ ਸਾਡੇ ਪਿਸ਼ੋਰ ਨੂੰ ਬੜਾ ਅੱਛਾ ਉਹਦੇ ਜਿਹੜੇ ਇੱਕ ਮੁਸਬਤ ਅਸਰਾਤ ਮੁਰੱਤਬ ਹੋ ਸਨ, ਅਤੇ ਉਹਦੇ ਨਾਲ ਨਾਲ ਅਸੀਂ ਕਹਿੰਦੇ ਹਾਂ ਕਿ ਇੱਥੋਂ ਅਸੀਂ ਕਾਰਗੋ ਟ੍ਰੇਨ ਦਾ ਵੀ ਇਜਰਾ ਕੀਤਾ ਜਾਵੇ ਕਿ ਸਾਡੇ ਜਿਹੜੇ ਕਾਰੋਬਾਰੀ ਲੋਕ ਹੋਣ, ਜਿਹੜੇ ਮਾਲ ਆਪਣੇ ਮੁਖਤਲਿਫ ਜਗ੍ਹਾ 'ਤੇ ਭੇਜਦੇ ਪੈਣ, ਇਹ ਮਾਲ ਉੱਥੇ ਸਹੀ ਸਲਾਮਤ ਜਾਣ। ਬਹਰਹਾਲ ਕੱਲ੍ਹ ਜਿਹੜੀ ਸਾਡੀ ਮੀਟਿੰਗ ਹੋਈ ਹੈ ਉਹਦੇ ਨਾਲ, ਅਤੇ ਉਹਨਾਂ ਨੇ ਸਾਡੇ ਨਾਲ ਵਾਅਦਾ ਵੀ ਕੀਤਾ ਕਿ ਇਨਸ਼ਾਅੱਲਾ ਅਸੀਂ ਤੁਸੀਂ ਟ੍ਰੇਨ ਵੀ ਚਲਾ ਸੀ, ਅਤੇ ਇਹਦੇ ਨਾਲ ਨਾਲ ਬਾਕੀ ਵੀ ਜਿਹੜੀ ਸਹੂਲਤਾਂ ਉਹ ਇਨਸ਼ਾਅੱਲਾ ਦੇ ਸੀ। ਬਹੁਤ ਬਹੁਤ ਸ਼ੁਕਰੀਆ।